ਨੌ ਤੀ ਸ਼ਨੀਵਾਰ ਦਿਨ ਮੈਂ ਅਤੇ ਮੇਰੀ ਵੋਟੀ ਸੀ ਕਿ ਅਸੀਂ ਬਾਜ਼ਾਰ ਜਿਹੜਾ ਜਾ ਰਹੇ ਸੀਗੇ ਤਾਂ ਕਿਲੇ ਵਾਲੇ ਚੌਂਕ ਤੋਂ ਨਜ਼ਦੀਕ ਹੀ ਜਿਹੜਾ ਹੈ ਕਿ ਉੱਥੇ ਇੱਕ ਮੋਟਰਸਾਈਕਲ 'ਤੇ ਜਿਹੜਾ ਉਸਨੇ ਆ ਕੇ ਮੇਰੀ ਜਿਹੜੀ ਹੈ ਪਤਨੀ ਦੀ ਜਿਹੜੀ ਹੈ ਵਾਲੀ ਜਿਹੜੀ ਹੈ ਖਿੱਚੀ ਉਹਦੇ 'ਚੋਂ। ਵਾਲੀ ਖਿੱਚਣ ਦੇ ਨਾਲ ਹੀ ਜਿਹੜਾ ਕਿ ਮੈਡਮ ਨੇ ਰੋਲਾ ਪਿਆ ਮੇਰੀ ਵਾਲੀ ਗਈ ਤਾਂ ਉਹ ਜਿਵੇਂ ਮੇਰੇ ਲੈਫਟ ਸਾਈਡ ਤੋਂ ਕੱਢਣ ਲੱਗਿਆ ਤਾਂ ਮੈਂ ਉਹਨੂੰ ਆਪਣੀ ਲੱਤਾਂ ਪੁਸ਼ ਕਰਕੇ ਉਹਨੂੰ ਡਿੱਗ ਲਿਆ। ਤਾਂ ਉਸ ਤੋਂ ਡਿੱਗਣ ਤੋਂ ਬਾਅਦ ਮਤਲਬ ਉਸਨੂੰ ਜਦੋਂ ਸਾਡੀ ਅਤਨ ਕਿੱਥੇ ਕਿੱਥੇ ਹੋਈ ਹੈ ਤਾਂ ਉਹ ਜਿਹੜਾ ਮੈਨੂੰ ਧੱਕਾ ਮਾਰ ਕੇ ਔਰ ਕੁਛ ਹੱਥ ਸੱਟ ਮਾਰ ਕੇ ਜਿਹੜਾ ਉਹ ਭੱਜਣ 'ਚ ਫਰਾਰ ਹੋ ਗਿਆ। ਪਰ ਉਸਦਾ ਜਿਹੜਾ ਮੋਟਰਸਾਈਕਲ ਸੀਗਾ ਉਹ ਮੈਂ ਉਸਨੂੰ ਕਵਰ ਕਰ ਲਿਆ, ਉਹ ਨਹੀਂ ਮੈਂ ਭੱਜਦੇ ਚਾਬੀ ਉਹਦੀ ਮੈਂ ਕੱਢ ਲਈ ਸੀਗੀ। ਤਾਂ ਲਗਾਤਾਰ ਜੇ ਗੱਲ ਕੀਤੀ ਫਿਰੋਜ਼ਪੁਰ 'ਤੇ ਚੋਰਾਂ ਦਾ ਜਿਹੜਾ ਵਾਰਦਾਤਾਂ ਦਾ ਜਿਹੜਾ ਸਿਲਸਿਲਾ ਲਗਾਤਾਰ ਜਾਰੀ ਲੱਗ ਰਿਹਾ। ਤਾਂ ਉਸ ਤੋਂ ਬਾਅਦ ਮੈਂ ਪੁਲਿਸ ਨੂੰ ਮੱਬਲ ਨੂੰ ਫੋਨ ਕੀਤਾ, ਐਸ ਪੀ ਡੀ ਸਾਹਿਬ ਰਣਦੀਪ ਜੀ ਨੂੰ ਕਿ ਸਰ ਮੈਂ ਇੱਦਾਂ ਵਾਰਦਾਤ ਹੋ ਗਈ ਹੈ। ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਹੁਣੇ ਭੇਜਦਾ ਮੈਂ ਪੁਲਿਸ। ਪਰ ਘੱਟੋ ਘੱਟ ਅੱਧੇ ਘੰਟੇ ਬਾਅਦ ਜਿਹੜੀ ਹੈ ਅੱਧਾ ਪੌਣੇ ਘੰਟੇ ਬਾਅਦ ਜਿਹੜੀ ਹੈ ਪੁਲਿਸ ਉੱਥੇ ਪਹੁੰਚਦੀ ਹੈ। ਤਾਂ ਉਹ ਵੀ ਪਹੁੰਚਣ ਤੋਂ ਬਾਅਦ ਇੱਕ ਪਾਰਟੀ ਆਉਂਦੀ ਹੈ ਕੈਂਟ ਵਾਲੀ, ਉਹ ਕਹਿ ਰਹੀ ਹੈ ਕਿ ਇਹ ਕੈਂਟ ਦਾ ਏਰੀਆ, ਇੱਕ ਕਹਿੰਦਾ ਸਿਟੀ ਦਾ ਏਰੀਆ। ਤਾਂ ਇਸ 'ਤੇ ਕਿੰਨੀ ਦੇਰ ਜਿਹੜਾ ਆਪਸ 'ਚ ਗੁਲਦੇ ਰਹੇ। ਫਿਰ ਇਹਨਾਂ ਨੇ ਮੈਨੂੰ ਜਿਹੜਾ ਕਿ ਹੋਸਪਿਟਲ 'ਚ ਲੈ ਕੇ ਗਏ। ਹੋਸਪਿਟਲ ਦੇ ਵਿੱਚ ਜਾ ਕੇ ਤਾਂ ਮੇਰੀ ਜਿਹੜੀ ਹੈ ਬਾਜੂ ਜਿਹੜੀ ਹੈ ਟੁੱਟ ਗਈ ਹੈ, ਤਾਂ ਉਸਦਾ ਜਿਹੜਾ ਉੱਥੇ ਮੈਂ ਇਲਾਜ ਕਰਵਾ ਰਿਹਾ। ਪਰ ਹਜੇ ਤੱਕ ਅੱਜ 4 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਜਿਹੜੇ ਆ ਆਰੋਪੀਆਂ ਨੂੰ ਫੜਿਆ ਗਿਆ। ਇੱਥੋਂ ਤੱਕ ਕਿ ਮੋਟਰਸਾਈਕਲ ਦੇ ਵਿੱਚ ਆਰ ਸੀ ਦੇ ਉੱਤੇ ਲਿਖਿਆ ਵੀ ਗਿਆ ਸਾਰਾ ਕੁਛ ਕਿ ਵੀ ਕਿਵੇਂ ਜਿਹੜਾ ਹੈ ਕਿ ਕਿੱਥੋਂ ਦਾ ਰਹਿਣ ਵਾਲਾ ਹੈ ਸਾਰਾ ਕੁਛ। ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਪੁਲਿਸ ਜਿਹੜੀ ਸੋਸ਼ਲ ਮੀਡੀਆ 'ਤੇ ਕਿਸ ਤਰ੍ਹਾਂ ਦੇ ਦਾਅਵੇ ਕਰਦੀ ਪੋਸਟਾਂ ਪਾ ਕੇ? ਪੁਲਿਸ ਦੀ ਤੁਸੀਂ ਦੇਖ ਲਓ, ਜਸਟਿਸ ਹੈ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜਿਹੜਾ ਹੈ ਕਿ SF ਦੀ ਜਿਹੜੀ ਹੈ ਟੀਮ ਬਣਾਈ ਗਈ ਹੈ ਕਿ ਰੋਡ ਦੇ ਉੱਤੇ ਕੋਈ ਵਾਰਦਾਤ ਹੁੰਦੀ ਹੈ ਤਾਂ ਤੁਰੰਤ ਉੱਥੇ ਫਿਰ ਪਹੁੰਚੇਗੀ। ਤੁਰੰਤ ਤੱਕ ਹੀ ਪਹੁੰਚਣਾ ਹੈ, ਅੱਧਾ ਘੰਟਾ ਬੀਜਾਂ ਨਹੀਂ ਪਹੁੰਚ ਜਾਂਦੀ। ਇੱਥੋਂ ਤੱਕ ਕਿ ਜਿਹੜਾ ਆਰੋਪੀਆਂ ਨੇ ਮੇਰੀ ਪਤਨੀ ਔਰ ਮੇਰੇ 'ਤੇ ਹਮਲਾ ਕੀਤਾ ਹੈ ਤਾਂ ਉਹ ਆਰੋਪੀਆਂ ਦੀ RC ਜਿਹੜੀ ਹੈ ਉਹ ਵੀ ਜਿਹੜੀ ਹੈ ਪੂਰੀ ਹੋ ਗਈ ਸ਼ਨਾਖਤ, ਉਸ ਬੰਦੇ ਦੀ ਵੀ ਸ਼ਨਾਖਤ ਹੋ ਗਈ ਹੈ। ਅੱਜ 4 ਦਿਨ ਹੋ ਗਏ ਅਸੀਂ ਰੇਡ ਕਰ ਰਹੇ ਹਾਂ ਵੀ ਰੇਟ ਕਰ ਰਹੇ ਹਾਂ ਤਾਂ ਬੰਦਾ ਹੀ ਨਹੀਂ ਕਾਬੂ ਹੋ ਪਾ ਰਿਹਾ ਇਹਨਾਂ ਕੋਲੋਂ। ਕਿੱਡੀ ਵੱਡੀ ਗੱਲ ਹੈ ਜੀ ਕਿ ਜਿਹੜਾ ਫਿਰੋਜ਼ਪੁਰ ਇੱਕ ਚੋਰਪੁਰ ਦੇ ਨਾਂ ਨਾਲ ਹੁਣ ਜਾਣਿਆ ਜਾਵੇਗਾ, ਕਿਉਂਕਿ ਲਗਾਤਾਰ ਜੇ ਗੱਲ ਕੀਤੀ ਜਾਵੇ ਫਿਰੋਜ਼ਪੁਰ ਦੇ ਚੋਰੀਆਂ ਔਰ ਘਟਾਵਾਂ ਵਧੀਆਂ ਜਾ ਰਹੀਆਂ। ਖਾਕੀ ਦਾ ਰੋਹ ਕਿਸ ਤਰ੍ਹਾਂ ਦਾ? ਬਿਲਕੁਲ ਜ਼ੀਰੋ ਹੈ ਜੀ, ਖਾਕੀ ਦਾ ਰੋਹ ਕਿੱਥੇ ਵੀ ਕੋਈ ਨਹੀਂ ਦਿਸ ਰਿਹਾ। ਲਗਾਤਾਰ ਜੇ ਗੱਲ ਕੀਤੀ ਵਾਰਦਾਤਾਂ ਦੇ ਵਾਰਦਾਤਾਂ ਵਧੀਆਂ ਹੀ ਜਾ ਰਹੀਆਂ। ਖਾਕੀ ਦਾ ਬਿਲਕੁਲ ਡਰ ਨਹੀਂ ਰਿਹਾ? ਬਿਲਕੁਲ। ਕੀ ਨਾਮ ਤੁਹਾਡਾ? ਮੇਰਾ ਨਾਮ ਬਲਵੀਰ ਹੈ ਜੀ। ਬਲਵੀਰ ਕੀ ਕਰਦੇ? ਮੈਂ ਜੀ ਇੱਥੇ ਗੰਨੇ ਦਾ ਕੰਮ ਕਰਨਾ। ਇੱਥੇ ਜੀ ਜਦੋਂ ਜਨਾਨੀਆਂ ਕੱਲੀਆਂ ਜਾਂਦੀਆਂ ਨੇ ਜਾਂ ਮਤਲਬ ਮੋਟਰਸਾਈਕਲ ਲੱਗੀਆਂ ਜਾਂਦੀਆਂ ਨੇ ਤੇ ਕੋਈ ਨਾ ਕੋਈ ਚੋਰਾਂ ਦਾ ਮੂੰਹ ਬੱਦਲ ਉਹਨਾਂ ਦੀਆਂ ਵਾਲੀਆਂ ਲਾ ਕੇ ਲੈ ਜਾਂਦੇ ਨੇ ਤੇ ਉਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਕਿ ਇੱਧਰੋਂ ਆਉਂਦੇ ਸ਼ਹਿਰ ਵੱਲੋਂ ਜਾਂ ਬਾਰਡਰ ਨੂੰ ਚਲੇ ਗਿਆ ਜਾਂ ਬਾਰੇਕਾ ਨੂੰ ਚਲੇ ਗਿਆ। ਕੱਲ੍ਹ ਦਿਹਾੜੇ ਦੀ ਗੱਲ ਹੈ ਜੀ, ਕੱਲ੍ਹ ਬਾਰੇਕਾ ਦੇ ਵਿੱਚ ਜਨਾਨੀ ਦੀਆਂ ਵਾਲੀਆਂ ਲੱਥੀਆਂ ਨੇ ਜੀ ਤੇ ਉਹ ਅਸੀਂ ਚਾਹੁੰਦੇ ਵੀ ਮਤਲਬ ਵੀ ਇਹ ਜਿਹੜੀ ਚੋਰੀ ਹੈ ਇਹ ਬੰਦ ਕੀਤੀ ਜਾਵੇ। ਕਿੰਨੀਆਂ ਕਵਾਰੀ ਵਾਰਦਾਤਾਂ ਹੋ ਇਹ ਜੀ? ਇੱਕ ਦਿਨ ਛੱਡ ਕੇ, 2 ਦਿਨ ਛੱਡ ਕੇ ਕਿਸੇ ਨਾ ਕਿਸੇ ਵਾਲੀਆਂ ਲੱਥੀ ਜਾਂਦੀਆਂ ਨੇ। ਇਹ ਨਹੀਂ ਪਤਾ ਲੱਗਦਾ ਜੀ ਇਹਨੂੰ ਕਿਤੇ ਚਲੇ ਜਾਂਦੇ ਨੇ, ਛੌਣੀ ਏਰੀਆ ਨੂੰ ਚਲੇ ਜਾਂਦੇ ਨੇ, ਕਿਤੇ ਸ਼ਹਿਰ ਏਰੀਆ ਨੂੰ ਚਲੇ ਜਾਂਦੇ ਨੇ, ਲੇਕਿਨ ਉਹਨਾਂ ਦਾ ਪਤਾ ਨਹੀਂ ਲੱਗਦਾ ਕਿੱਥੋਂ ਜੇ ਔਰਤਾਂ ਪਿੱਛੇ ਬੈਠੀਆਂ ਸੀ ਨਾ। ਬੰਦਾ ਆਪਦੇ ਮੂੰਹ ਦੇ ਨਾਲ ਮੋਟਰਸਾਈਕਲ ਲੈ ਜਾਂਦਾ, ਫਿਰ ਉਹ ਜਦੋਂ ਲਾਹ ਕੇ ਲੈ ਜਾਂਦੇ ਨੇ ਫਿਰ ਔਰਤ ਨੂੰ ਉਤਾਰ ਕੇ ਛੱਡ ਨਹੀਂ ਸਕਦਾ ਤੇ ਜਨਾਨੀ ਰੋਂਦੀ ਕਰ ਲਾਂਦੇ ਲੰਘ ਜਾਂਦੀ ਵੀ ਮੇਰੀਆਂ ਵਾਲੀਆਂ ਲੈ ਗਈਆਂ। ਨਹੀਂ ਕਈ ਵਾਰ ਤਾਂ ਰੋਜ਼ ਹੋ ਜਾਂਦਾ ਤੇ ਕਈ ਵਾਰੀ ਇੱਕ ਦਿਨ ਛੱਡ ਕੇ ਵੀ ਆ ਜਾਂਦੇ ਨੇ। ਪੁਲਿਸ ਆਉਂਦੀ ਹੈ ਤੇ ਉਹ ਮਤਲਬ ਉਹਨੇ ਨੂੰ ਵਾਰਦਾਤ ਹੋ ਜਾਂਦੀ, ਫਿਰ ਪੁਲਿਸ ਲੱਭਦੀ, ਉਹ ਲੱਭਦੇ ਨੀ ਕਿੱਧਰ ਚਲੇ ਜਾਂਦੇ ਨੇ, ਫਰਾਰ ਹੋ ਜਾਂਦੇ ਨੇ ਆਏ ਦਿਨ ਜੀ। ਮੇਰਾ ਨਾਮ ਜੀ ਰਿੰਕੂ ਸੇਠੀ ਹੈ। ਮੈਂ ਜੀ ਮੈਂ ਤੂੰ ਸੁਬਹ ਸਵੇਰੇ 9 ਵਜੇ ਇੱਥੇ ਆਏ ਨਾ, ਸ਼ਾਮ 6 ਵਜੇ ਕਰਦੇ ਖੜਾ ਰਹਿੰਦਾ। ਇਹ ਕੋਈ ਮਤਲਬ ਫਟਕਾ ਚੌਂਕ ਹੈ ਜੀ,
ਹਾਂਜੀ ਇੱਥੇ ਕੋਈ ਨਿੱਤ ਦਿਹਾੜੀ ਚੋਰੀ ਹੁੰਦੀ ਹੈ ਜੀ, ਕਦੀ ਫੋਨ ਖੋ ਕੇ ਲੈ ਜਾਂਦੇ, ਕਦੀ ਵਾਲੀਆਂ ਖੋ ਕੇ ਲੈ ਜਾਂਦੇ ਜੀ, ਬਾਹਰ ਲੇਡੀਸਾਂ ਜਨਾਨੀਆਂ ਰੋਂਦੀਆਂ ਜਾਂਦੇ ਸਾਡੇ ਇੱਥੇ ਲੁੱਟ ਹੋ ਜਾਂਦੀ ਹੈ, ਕਦੀ ਇੱਧਰ ਕੋਈ ਪਿੰਡਾਂ ਹੀ ਵੜ ਜਾਂਦੇ ਆ, ਕਦੀ ਬੋਈ ਇੱਧਰ ਸੋਮਾਂ ਦੇ 80 ਵੱਡੇ ਵੜ ਜਾਂਦੇ, ਕਦੀ ਬਾਹਰ ਕੇ ਭੱਜ ਜਾਂਦੇ ਨੇ, ਦੋ ਮੁੰਡੇ ਉਹਨਾਂ ਨੂੰ ਪਰਨਾ ਬੰਨਿਆ ਹੁੰਦਾ, ਇੰਨੀ ਤੇਜ਼ ਮੋਟਰਸਾਈਕਲ ਭਜਾ ਕੇ ਬੋਈ ਲੈ ਜਾਂਦੇ ਕਿ ਮਗਰ ਵਿਚਾਰਾ ਕੋਈ ਲੱਭ ਨਹੀਂ ਸਕੇ, ਉਹਨਾਂ ਨੂੰ ਲੱਤ ਮਾਰ ਕੇ ਡਿੱਗ ਜਾਂਦੇ ਨੇ ਅਤੇ ਆਪ ਭੱਜ ਜਾਂਦੇ ਬੋਈ ਵੱਲੋਂ, ਅਤੇ ਜਨਾਨੀਆਂ ਵਿਚਾਰੇ ਰੋਂਦੀਆਂ ਨੇ ਵੀ ਸਾਡੀਆਂ ਚੋਰੀਆਂ, ਕੋਈ ਪੁਲਿਸ ਕੋਈ ਸੁਣਵਾਈ ਨਹੀਂ ਕਰਦੀ, ਕੋਈ ਇੱਥੇ ਇਨਸਾਫ਼ ਨਹੀਂ ਹੈਗਾ ਕੋਈ। ਫਿਰੋਜ਼ਪੁਰ ਕਿਲੇ ਵਾਲੇ ਚੌਂਕ ਜਿਹੜਾ ਲੁੱਟ ਹੋਈ ਸੀ, ਕੀ ਮਾਮਲਾ ਸੀ? ਹਸਬੈਂਡ ਵਾਈਫ ਜਾ ਰਹੇ ਸੀ, ਪਿੱਛੋਂ ਇੱਕ ਮੋਟਰਸਾਈਕਲ ਵਾਲੇ ਨੇ ਆ ਕੇ ਉਹਦੀ ਵਾਈਫ ਦੇ ਨਾਲ ਕੋਈ ਖੋਹ ਕਰਨ ਦੀ ਪਹਿਲਾਂ ਕੋਸ਼ਿਸ਼ ਕੀਤੀ, ਫਿਰ ਉਹ ਦੋਨਾਂ ਦਾ ਆਪਸ ਦੇ ਵਿੱਚ ਉੱਥੇ ਝਗੜਾ ਹੋ ਗਿਆ, ਉਸ ਤੋਂ ਬਾਅਦ ਉਹ ਆਪਦਾ ਮੋਟਰਸਾਈਕਲ ਛੱਡ ਗਿਆ ਅਤੇ ਖੋਹ ਕਰਕੇ ਫੜਾ, ਅਸੀਂ ਉਹਦੇ ਸਾਰੇ ਮੋਟਰਸਾਈਕਲ ਤੋਂ ਅਤੇ ਹੋਰ ਉਹਦੇ ਕੀ ਨਾ ਪੁਰਾਣੇ ਰਿਕਾਰਡ ਤੋਂ ਅਸੀਂ ਚੈੱਕ ਕਰ ਰਹੇ ਹਾਂ ਔਰ ਉਮੀਦ ਹੈ ਕਿ ਉਹ ਜਲਦੀ ਬਣੇ। ਸਰ ਅਜੇ ਤੱਕ ਅਰੈਸਟ ਨਹੀਂ ਕੀਤਾ ਉਹਨੇ, ਅਰੈਸਟ ਨਹੀਂ ਪਾਈ ਗਈ, ਉਹਨੂੰ ਦੱਸਿਆ ਵੀ ਅਸੀਂ ਜਲਦੀ ਬਣੇ।